ਸਮੂਹ ਭੈਣਾਂ ਤੇ ਭਰਾਵਾਂ ਨੂੰ ਮੈਂ ਜੀ ਆਇਆਂ ਆਖਦੀ ਹਾਂ। ਇਸ ਸਮਾਗਮ ਦਾ ਸਵਾਗ ਬਣ ਵਾਲੇ ਸਾਡੇ ਕਾਮਰੇਡ ਰੇਲਵੇ ਦੇ ਮੁਲਾਜ਼ਮ ਗੌਤਮ ਜੀ, ਜਿਨ੍ਹਾਂ ਨੇ ਆਪਣੀ ਧਰਮ ਪਤਨੀ ਦੀ ਯਾਦ ਵਿੱਚ ਉਹਨਾਂ ਦੇ ਜਨਮ ਦਿਨ 'ਤੇ ਇਹ ਪਿਛਲੇ 3 ਸਾਲਾਂ ਤੋਂ ਸਵਾਗ ਬਣਾਉਂਦੇ ਆਏ ਹਾਂ। ਮੈਂ ਉਹਨਾਂ ਦੀ ਇਸ ਜਿਹੜੇ ਕੰਮ ਕਰ ਰਹੇ ਆ ਉਹਨੂੰ ਸਲਾਮ ਕਰਦੀ ਹਾਂ ਕਿ ਆਪਣੀ ਪਤਨੀ ਨੂੰ ਉਹਦੇ ਕੀਤੇ ਕੰਮਾਂ ਨੂੰ ਯਾਦ ਰੱਖਣ ਦੇ ਵਾਸਤੇ ਇਹ ਇੱਥੇ ਹਰ ਸਾਲ ਸਮਾਗਮ ਕਰਾਉਂਦੇ ਨੇ। ਇਸ ਵਾਰੀ ਸਾਡਾ ਜਿਹੜਾ ਮੋਰਚਾ ਹੈ, ਇਸ ਮੋਰਚੇ ਵੱਲੋਂ ਇਹ ਸਾਡਾ ਮੋਰਚਾ ਜਿਹੜਾ ਬਣਿਆ ਹੈ, ਇਹ ਔਰਤ ਮੁਕਤੀ ਮੋਰਚਾ ਪੰਜਾਬ ਦੇ ਨਾਮ ਹੇਠ ਪਹਿਲਾ ਹੋਣ ਵਾਲਾ ਸਮਾਗਮ ਹੈ। ਇਹ ਬਹੁਤ ਖੁਸ਼ੀ ਦੀ ਗੱਲ ਆ ਕਿ ਜਦੋਂ ਅਸੀਂ ਨਵਾਂ ਮੋਰਚਾ ਬਣਾਇਆ ਅਤੇ ਨਵੇਂ ਮੋਰਚੇ ਦੇ ਵਿੱਚ ਸਾਡੇ ਪ੍ਰਧਾਨਗੀ ਮੰਡਲ 'ਚ ਸਭ ਤੋਂ ਪਹਿਲਾਂ ਅਤੇ ਸਾਡੇ ਪ੍ਰਧਾਨ ਜੀ ਸੁਰਿੰਦਰ ਕੌਰ ਜੀ, ਸਾਡੇ ਕਾਰਜਕਾਰੀ ਸਕੱਤਰ ਮੈਡਮ ਹਰਿੰਦਰ ਕੌਰ ਜੀ, ਸਾਡੇ ਅੱਜ ਦੇ ਮੁੱਖ ਵਕਤਾ ਮੈਡਮ ਜਸ਼ਨਪ੍ਰੀਤ ਕੌਰ ਜੀ ਅਤੇ ਗੌਤਮ ਜੀ ਦੀ ਬੇਟੀ ਮਤਲਬ ਮੈਡਮ ਤ੍ਰਿਪਤਾ ਜੀ ਦੀ ਬੇਟੀ ਸਾਡੇ ਕੋਲ ਅਰਨਲ ਸ਼ਰਮਾ ਜੀ ਬੈਠੇ ਆ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਸਾਡੇ 'ਚ ਸ਼ਾਮਿਲ ਹੋਏ ਆ। ਮੈਨੂੰ ਅੱਜ ਜੀ ਆਇਆਂ ਕਹਿੰਦੇ ਆ ਇੱਕ ਖੁਸ਼ੀ ਅੰਦਰੋਂ ਬਹੁਤ ਮਹਿਸੂਸ ਹੋ ਰਹੀ ਹੈ। ਉਹ ਖੁਸ਼ੀ ਅੰਦਰੋਂ ਇਸ ਗੱਲ ਦੀ ਹੈ ਕਿ ਜਦੋਂ ਅਸੀਂ ਔਰਤ ਮੁਕਤੀ ਮੋਰਚਾ ਪੰਜਾਬ ਵੱਲੋਂ ਔਰਤਾਂ ਦਾ ਇਕੱਠ ਕਰਕੇ ਇੱਕ ਜਿਹੜੀ ਔਰਤ ਦੀ ਹਕੀਕੀ ਬਰਾਬਰੀ ਆ ਉਸ ਵਿਸ਼ੇ 'ਤੇ ਗੱਲ ਕਰਨ ਜਾ ਰਹੇ ਹਾਂ ਅਤੇ ਸਾਡੇ ਕੋਲ ਜਿਹੜੇ ਅੱਜ ਦੇ ਮੁੱਖ ਵਕਤਾ ਨੇ ਜਸ਼ਨਪ੍ਰੀਤ ਕੌਰ, ਪੰਜਾਬ ਯੂਨੀਵਰਸਿਟੀ ਦੇ ਰਿਸਰਚ ਸਕਾਲਰ ਆ। ਮੈਂ ਬਹੁਤ ਬਹੁਤ ਵਧਾਈ ਦਿੰਦੀ ਹਾਂ ਇਹਨਾਂ ਨੂੰ, ਨਵੀਂ ਪੀੜ੍ਹੀ ਨੂੰ, ਕਿ ਇਹਨਾਂ ਨੇ ਸਾਡੇ ਵਰਗਿਆਂ ਨੂੰ ਅੱਜ ਦੀ ਔਰਤ ਬਾਰੇ ਮਤਲਬ ਜਿਹੜੀ ਗੱਲ ਆ ਮੈਂ ਗੱਲ ਕਰ ਰਹੀ ਸੀ ਕਿ ਅਸੀਂ ਤਾਂ ਉਹ ਔਰਤਾਂ ਜਿਹੜੀਆਂ ਆਪਣੇ ਆਪ ਨੂੰ ਭਾਵੇਂ ਆਜ਼ਾਦ ਸਮਝਦੀਆਂ ਇਸ ਪਾਸੇ ਕੰਮ ਕਰਦੀਆਂ ਪਰ ਅਸੀਂ ਵੇਲਾ ਵਿਹਾਰ ਚੁੱਕੀਆਂ ਕੀਮਤਾਂ ਤੋਂ ਹੁਣ ਪਿੱਛੇ ਹਾਂ। ਤੁਸੀਂ ਅੱਜ ਦੀ ਪੀੜ੍ਹੀ ਜੇ ਤੁਹਾਡੇ ਅਤੇ ਸਾਡੇ 'ਚ ਬਹੁਤ ਫਰਕ ਆ। ਜਦੋਂ ਮੈਂ ਉਹਦੇ ਨਾਲ ਗੱਲ ਕਰ ਰਹੀ ਸੀ ਤਾਂ ਮੇਰੀ ਬੇਟੀ ਦੀ ਉਮਰ ਤੋਂ ਵੀ ਛੋਟੀ ਆ ਅਤੇ ਮੈਨੂੰ ਲੱਗਾ ਕਿ ਇੱਕ ਤੀਜੀ ਪੀੜ੍ਹੀ ਆ ਗਈ ਸਾਡੇ ਨਾਲ ਗੱਲ ਕਰਨ ਲਈ। ਇਹ ਖੁਸ਼ੀ ਮਹਿਸੂਸ ਕਰਦਿਆਂ ਮੈਂ ਇਹਨਾਂ ਨੂੰ ਜੀ ਆਇਆਂ ਆਖਦੀ ਹਾਂ ਕਿ ਸਾਡੇ ਵਿੱਚ ਆਏ। ਇਕੱਲਾ ਮੈਂ ਔਰਤ ਮੁਕਤੀ ਮੋਰਚਾ ਪੰਜਾਬ ਵੱਲੋਂ ਇਹਨਾਂ ਨੂੰ ਜੀ ਆਇਆਂ ਨਹੀਂ ਆਖਦੀ, ਮੈਂ ਇਸ ਸਮੁੱਚੇ ਗੌਤਮ ਪਰਿਵਾਰ ਵੱਲੋਂ ਇਹਨਾਂ ਨੂੰ ਜੀ ਆਇਆਂ ਆਖਦੀ ਹਾਂ। ਉਸ ਤੋਂ ਵੀ ਵੱਧ ਮੈਂ ਜੀ ਆਇਆਂ ਆਖਦੀ ਹਾਂ ਸਾਡੀ RMPI ਪਾਰਟੀ ਵੱਲੋਂ, ਜਿਹਦੇ ਸੂਬਾ ਪੱਧਰ ਦੇ ਸਕੱਤਰ ਅਤੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਤਸ਼ਾਹ ਜੀ ਇੱਥੇ ਨੇ, ਜਿਨ੍ਹਾਂ ਨੇ ਸਾਨੂੰ ਉੱਦਮ ਦਿੱਤਾ ਜਾਂ ਸਾਨੂੰ ਹੌਸਲਾ ਅਫਜ਼ਾਈ ਕੀਤੀ ਕਿ ਔਰਤਾਂ ਨੂੰ ਜਿਹੜਾ ਇਕੱਤਰ ਹੋਣਾ ਚਾਹੀਦਾ ਹੈ ਅਤੇ ਤਾਂ ਹੀ ਮਸਲਿਆਂ ਦੇ ਜਿਹੜੇ ਹੱਲ ਹੋਣੇ ਆ। ਇਸ ਮੌਕੇ 'ਤੇ ਜਿੰਨੀਆਂ ਮੇਰੀਆਂ ਭੈਣਾਂ ਉਹਨਾਂ ਨੂੰ ਲੈ ਕੇ ਸਾਡੇ ਸਾਥੀ ਭਰਾ ਇੱਥੇ ਪਹੁੰਚੇ ਆ, ਮੈਂ ਉਹਨਾਂ ਸਾਰਿਆਂ ਨੂੰ ਤਹਿ ਦਿਲ ਤੋਂ ਜੀ ਆਇਆਂ ਆਖਦੀ ਹਾਂ। ਮੈਂ ਜਦੋਂ ਹੁਣੇ ਅਜੇ ਜੀ ਆਇਆਂ ਕਹਿਣ ਨੂੰ ਤਿਆਰ ਹੋਈ ਹਾਂ ਅਤੇ ਮੇਰੇ ਦਿਮਾਗ 'ਚ ਇੱਕ ਗੱਲ ਆ ਰਹੀ ਸੀ, ਮੈਂ ਤਾਜ਼ਾ ਨਹੀਂ ਉਹਨੂੰ ਪੜ੍ਹ ਕੇ ਆਈ, ਨਾ ਮੈਨੂੰ ਇਸ ਗੱਲ ਦਾ ਸੀ। ਮੈਂ ਇੱਕ ਬਹੁਤ ਚਿਰ ਪਹਿਲਾਂ ਇੱਕ ਨਾਵਲ ਪੜ੍ਹਿਆ ਸੀ, ਬੰਗਾਲੀ ਨਾਵਲ ਸੀ ਆਨੰਦ ਮਠ, ਸ਼ਾਇਦ ਪੜ੍ਹਿਆ ਹੋਏ ਵਿੱਚੋਂ। ਉਹਦੇ ਵਿੱਚ ਇੱਕ ਵਿਰਾਂਗਣਾ ਹੈ, ਉਹ ਵਿਰਾਂਗਣਾ ਦੇ ਮੂੰਹ ਇੱਕ ਡਾਇਲੋਗ ਨਿਕਲਦਾ ਹੈ ਜਿੰਨਾ ਕਿ ਮੈਨੂੰ ਅੱਧ 50 ਯਾਦ ਆ। ਉਹ ਨਾਵਲ ਪੜ੍ਹਦਿਆਂ ਪਾਤਰ ਕਹਿੰਦੀ ਆ, ਕਹਿੰਦੀ ਨਹੀਂ ਅਸਲ 'ਚ ਮਰਦ ਪਾਤਰ ਆ, ਜਨਾਨੇ ਪਹਿਰਾਵੇ ਦੇ ਵਿੱਚ, ਕਿਉਂਕਿ ਔਰਤਾਂ ਨੂੰ ਖੁੱਲ੍ਹ ਨਹੀਂ ਸੀ ਹੁੰਦੀ ਉਸ ਸਮੇਂ ਮੰਚ 'ਤੇ ਆ ਕੇ ਆਪਣੀ ਗੱਲ ਕਰਨ ਦੀ, ਜਿੱਦਾਂ ਕਿ ਅਸੀਂ ਅੱਜ ਔਰਤ ਦੀ ਬਰਾਬਰੀ ਦੀ ਗੱਲ ਕਰਦੇ ਹਾਂ। ਉਹ ਕਹਿੰਦੀ ਆ ਕਿ ਕੀ ਇਹ ਸਾਰਾ ਕੁਛ ਮਰਦਾਂ ਦੇ ਹਿੱਸੇ ਆਇਆ, ਦੇਸ਼ ਦੀ ਸੇਵਾ ਕਰਨਾ, ਤਸੀਹੇ ਝੱਲਣੇ, ਅਸੀਂ ਔਰਤਾਂ ਕਿਉਂ ਨਹੀਂ ਅੱਗੇ ਆਉਂਦੀਆਂ। ਮੈਨੂੰ ਇਹ ਗੱਲ ਅੱਜ ਚੰਗੀ ਲੱਗ ਰਹੀ ਆ ਕਿ ਜੇ ਮਰਦ ਪਹਿਲ ਕਰਦੇ ਆ, ਮਰਦਾਂ ਦੀ ਬਰਾਬਰੀ ਆ, ਅਤੇ ਅਸੀਂ ਆਪਣੀ ਬਰਾਬਰੀ ਲਈ, ਆਪਣਾ ਹੱਕ ਲੈਣ ਲਈ ਕਿਉਂ ਨਹੀਂ ਅੱਗੇ ਆਉਂਦੀਆਂ, ਸਾਨੂੰ ਆਉਣਾ ਚਾਹੀਦਾ ਹੈ। ਮੈਂ ਇਹਨਾਂ ਸ਼ਬਦਾਂ ਦੇ ਨਾਲ ਸਾਰਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਅਤੇ ਬਹੁਤ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਹੀ ਹਾਂ ਕਿ ਸਾਨੂੰ ਜਸ਼ਨਪ੍ਰੀਤ ਦੇ ਨਵੀਂ ਪੀੜ੍ਹੀ ਦੇ ਔਰਤ ਦੀ ਹਕੀਕੀ ਬਾਰੇ, ਹਕੀਕੀ ਆਜ਼ਾਦੀ ਬਾਰੇ ਜਿਹੜੇ ਆ ਉਹ ਸਵਾਲ ਵਿਚਾਰ ਸੁਣਨ ਦਾ ਮੌਕਾ ਮਿਲੇਗਾ। ਮੈਂ ਬਹੁਤ ਬਹੁਤ ਸਾਰਿਆਂ ਨੂੰ ਜੀ ਆਇਆਂ ਆਖਦੀ ਹਾਂ।